ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸਿਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਇਕ ਅਦੁੱਤੀ ਗੁਰੂ ਨਾਨਕ ਦੇਵਾ, ਓਅੰਕਾਰ ਗੁਰੇ ਅੰਗਦ ਅਪੇਵਾ। ਸਤਨਾਮ ਗੁਰੇ ਅਮਰ ਪਿਆਰੇ, ਕਰਤਾ ਰਾਮਦਾਸ ਗੁਰਵਾਰੇ। ਪੁਰਖ ਸ਼੍ਰੀ ਅਰਜਨ ਸੁਖਦਾਨੀ, ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ਼੍ਰੀ ਹਰਿ ਰਾਏ, ਅਕਾਲ ਮੂਰਤਿ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਏ, ਸਹਿ ਪੰਗੁਰ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਤੇ ਪ੍ਰਸਾਦ, ਚਲਿੱਤਰ ਛੱਤੀਵਾਂ ਚਉਪਈ। ਸੁਣੋ ਰਾਏ ਇੱਕ ਕਥਾ ਪ੍ਰਕਾਸ਼ੋਂ, ਤੁਮਰੇ ਚਿਤ ਕੇ ਭਰਮਹਿ ਬਿਨਾਸੋਂ। ਗੈਂਡੇ ਕਾਂਡੋ ਗਰ ਤਹਿਰ ਹੈ, ਫਤਿਹ ਮਤੀ ਤੇ ਤ੍ਰਿਉ ਜਗ ਹੈ। ਸੁਣੋ ਰਾਏ ਇੱਕ ਕਥਾ ਪ੍ਰਕਾਸ਼ੋਂ, ਤੁਮਰੇ ਚਿਤ ਕੇ ਭਰਮਹਿ ਬਿਨਾਸੋਂ। ਗੈਂਡੇ ਕਾਂਡੋ ਗਰ ਤਹਿਰ ਹੈ, ਫਤਿਹ ਮਤੀ ਤੇ ਤ੍ਰਿਉ ਜਗ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ, ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਾਨ ਰਚਨਾ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੀ ਲੜੀਵਾਰ, ਵਾਹਿਗੁਰੂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਸ਼੍ਰੀ ਚਰਿਤਰੋ ਪਾਖਿਆਨ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਸੋ ਸਤਿਗੁਰਾਂ ਦੀ ਅਪਾਰ ਰਹਿਮਤ ਦੇ ਨਾਲ ਜੋ 35 ਚਲਿੱਤਰ ਹਨ, ਉਹ ਵਿਚਾਰ ਸਹਿ ਸ਼ੁਭ ਸੰਪੂਰਨ ਹੋ ਚੁੱਕੇ ਹਨ। ਸੋ ਅੱਜ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਜੋ 36ਵਾਂ ਚਲਿੱਤਰ ਹੈ, ਫਤਿਹ ਮਤੀ ਦਾ, ਉਹਦੀ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਨੀ ਹੈ। ਸੋ ਆਓ ਬੜੇ ਪਿਆਰ ਦੇ ਨਾਲ ਜੋ ਚਲਿੱਤਰ ਦੀ ਵਿਚਾਰ ਹੈ ਉਹਦੇ ਨਾਲ ਜੁੜਨਾ ਕਰੀਏ ਜੀ। ਚਾਓ ਪਈ ਸੁਣੋ ਰਾਏ ਇੱਕ ਕਥਾ ਪ੍ਰਕਾਸ਼ੋਂ, ਤੁਮਰੇ ਚਿਤ ਕੇ ਪ੍ਰਮਹਿ ਬਿਨਾਸੋਂ। ਸਤਿਗੁਰੂ ਮਹਾਰਾਜ ਜੀ ਵਚਨ ਕਰਦੇ ਨੇ ਕਿ ਜਿਹੜਾ ਵਜ਼ੀਰ ਸੀ ਮੰਤਰੀ, ਉਸਨੇ ਰਾਜੇ ਨੂੰ ਆਖਿਆ ਕਿ ਹੇ ਰਾਜਨ, ਸੁਣੋ ਮੈਂ ਤੁਹਾਨੂੰ ਇੱਕ ਕਥਾ ਸੁਣਾਉਂਦਾ ਹਾਂ ਤੇ ਤੁਹਾਡੇ ਚਿੱਤ ਦੇ ਸਾਰੇ ਭਰਮਾਂ ਨੂੰ ਦੂਰ ਕਰ ਦੇਵਾਂਗਾ। ਗੈਂਡੇ ਖਾਂ ਡੋਗਰ ਤਹਿ ਰਹਿ, ਫਤਿਹ ਮਤੀ ਤੇ ਤ੍ਰਿਉ ਜਗ ਕਹਿ। ਉਹ ਆਖਣ ਲੱਗਾ ਕਿ ਇੱਕ ਗੈਂਡੇ ਖਾਂ ਨਾਂ ਦਾ ਇੱਕ ਡੋਗਰ ਸੀ, ਜਿਹਦੀ ਇਸਤਰੀ ਦਾ ਨਾਮ ਸੀ ਫਤਿਹ ਮਤੀ। ਉਹ ਫਤਿਹ ਮਤੀ ਕਰਕੇ ਆਸ ਪਾਸ ਵਿੱਚ ਜਾਣੀ ਜਾਂਦੀ ਸੀ। ਤਾਂ ਕਿ ਮਹਿਕ ਧਾਮ ਤਨ ਪਾਰੀ, ਤਿੰਨ ਕੀ ਕਰਤ ਅਧਿਕ ਰਖਵਾਰੀ। ਤੇ ਉਸ ਗੈਂਡੇ ਖਾਂ ਡੋਗਰ ਦੇ ਕੋਲ ਬਹੁਤ ਸਾਰੀਆਂ ਮੱਝਾਂ ਰੂਪੀ ਧਨ ਸੀ, ਕਹਿਣ ਤੋਂ ਭਾਵ ਕਿ ਉਹਦੇ ਕੋਲ ਬਹੁਤ ਮੱਝਾਂ ਸੀ, ਜਿਨ੍ਹਾਂ ਦੀ ਰਖਵਾਲੀ ਉਹਦੀ ਘਰਵਾਲੀ ਫਤਿਹ ਮਤੀ ਕਰਿਆ ਕਰਦੀ ਸੀ। ਚਰਵਾਰੇ ਬਹੁਤ ਨੇ ਚਰਾਵਹਿ, ਸਾਂਝ ਪਰੈ ਘਰ ਕੋ ਲੈ ਆਵਹਿ। ਤੇ ਬਹੁਤ ਸਾਰੇ ਚਰਵਾਹੇ ਮੱਝਾਂ ਨੂੰ ਚਾਰਨ ਵਾਲੇ ਰੱਖੇ ਹੋਏ ਸੀ। ਉਹ ਸਾਰਾ ਦਿਨ ਮੱਝਾਂ ਚਾਰਿਆ ਕਰਦੇ ਤੇ ਸ਼ਾਮ ਪੈਣ ਤੇ ਮੱਝਾਂ ਨੂੰ ਵਾਪਸ ਘਰ ਦੇ ਵਿੱਚ ਲੈ ਆਉਂਦੇ ਸੀ। ਇੱਕ ਚਰਵਾਰਾ ਸੌ ਤ੍ਰਿਆ ਅਟਕੀ, ਭੂਲ ਗਈ ਸਭ ਹੀ ਸੁਧ ਕਟਕੀ। ਨਿਤ ਪ੍ਰਤ ਤਾਂ ਸੌ ਭੋਗ ਕਮਾਵੇ, ਨਦੀ ਪੈਰ ਬਹੁਰੋ ਕਰ ਆਵੇ। ਪਰ ਕੁਛ ਸਮਾਂ ਬੀਤਣ ਤੋਂ ਬਾਅਦ ਉਹਦੀ ਜਿਹੜੀ ਇਸਤਰੀ ਸੀ, ਉਹ ਇੱਕ ਵਾਗੀ ਭਾਵ ਚਰਵਾਹੇ ਦੇ ਪ੍ਰੇਮ ਦੇ ਵਿੱਚ ਫਸ ਗਈ।
ਤੇ ਉਸ ਨੂੰ ਆਪਣੇ ਆਪ ਦੀ ਸਾਰੀ ਸੁੱਧ ਬੁੱਧ ਜਾਂਦੀ ਰਹੀ ਕਿ ਕਾਮ ਦੇ ਵਸ ਵਿੱਚ ਹੋ ਕੇ ਬੁਰੀ ਬੁਰੇ ਕਰਮਾਂ ਦੇ ਵਹਿਣ ਵਿੱਚ ਫਸ ਕਰਕੇ ਉਹਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ ਨਤੀਜਾ ਆਖਰ ਕੀ ਨਿਕਲੇਗਾ, ਉਸਨੂੰ ਕੀ ਚੰਗਾ ਹੈ, ਕੀ ਮਾੜਾ ਹੈ, ਕੀ ਗਲਤ ਹੈ, ਕੀ ਸਹੀ, ਇਸ ਗੱਲ ਦੀ ਵਿਚਾਰ ਉਹਦੇ ਮਨ ਦੇ ਵਿੱਚ ਬਿਲਕੁਲ ਨਾ ਆਈ। ਨਿਤ ਪ੍ਰਤ ਤਾਂ ਸਭ ਭੁਗ ਕਮਾਵੇ, ਨਦੀ ਪੈਰ ਬਹੁ ਰੋ ਕਰੇ ਆਵੇ। ਉਹ ਨਿਤ ਹੀ ਉਹਦੇ ਨਾਲ ਭੋਗ ਵਿਲਾਸ ਕਰਿਆ ਕਰਦੀ ਸੀ ਤੇ ਨਦੀ ਨੂੰ ਪਾਰ ਕਰਕੇ ਜਾਂਦੀ ਤੇ ਭੋਗ ਵਿਲਾਸ ਕਰਕੇ ਵਾਪਸ ਆਪਣੇ ਘਰ ਮੁੜ ਆਉਂਦੀ ਸੀ। ਚਾਉ ਪਈ ਡੋਗਰ ਸੋਧ ਏਕ ਦਿਨ ਲਹਿਓ, ਤੁਰਤ ਤ੍ਰਿਆ ਕੋ ਪਾਛੋ ਗਹਿਓ। ਪਰ ਕੁਝ ਕੁ ਦਿਨਾਂ ਦਬਾਅ ਪਾਏ ਦੀ ਡੋਗਰ ਨੂੰ ਵੀ ਇਸ ਗੱਲ ਦੀ ਖਬਰ ਮਿਲੀ ਤੇ ਉਹ ਆਪਣੀ ਇਸਤੇ ਦੇ ਪਿੱਛਾ ਕਰਦਾ ਹੋਇਆ ਉਹਦੇ ਪਿੱਛੇ ਚਲਾ ਗਿਆ। ਕੇਲ ਕਰਤ ਨਿਰਖੇ ਤਹਿ ਜਾਈ, ਬੈਠ ਰਹਾ ਜਿਹਾ ਕੋਪ ਬੜਾਈ। ਜਿਸ ਵੇਲੇ ਉਸਨੇ ਆਪਣੀ ਇਸਤਰੀ ਨੂੰ ਪਰਾਏ ਮਰਦ ਦੇ ਨਾਲ ਖੁਸ਼ੀਆਂ ਮਨਾਉਂਦੇ ਹੋਏ ਕੇਲ ਕਰਦਿਆਂ ਵੇਖਿਆ ਤਾਂ ਉਹਨੂੰ ਮਨ 'ਚ ਬੜਾ ਗੁੱਸਾ ਆਇਆ, ਪਰ ਆਪਣਾ ਗੁੱਸਾ ਰੋ ਕੇ ਬੈਠਾ ਰਹਿ ਕਿ ਦੋਵੇਂ ਕਰਦੇ ਕੀ ਨੇ। ਕਰ ਕਰ ਕੇਲ ਸੋਏ ਤੇ ਗਏ, ਬੇਸੰਭਾਰ ਨਿਜ ਤਨ ਤੇ ਪਹੇ। ਜਿਸ ਵੇਲੇ ਦੋਵੇਂ ਹੀ ਭੋਗ ਵਿਲਾਸ ਕਰਕੇ ਸੌਂ ਗਏ, ਦੋਵੇਂ ਹੀ ਆਪਣੇ ਸਰੀਰ ਦੇ ਵੱਲੋਂ ਬੇਸੁਰਤ ਹੋ ਗਏ, ਕੋਈ ਪਤਾ ਨਹੀਂ ਕਿ ਆਪਣੇ ਸਰੀਰ ਕਿੱਥੇ ਪਏ ਹੋਏ ਨੇ, ਆਪਣੇ ਆਪ ਦੀ ਕੋਈ ਖਬਰ ਨਹੀਂ ਸੀ। ਸੋਵਤ ਦੋਹਵਨ ਹਾਥ ਨਿਹਾਰਿਓ, ਕਾਢ ਕਿਰਪਾਨ ਮਾਰ ਹੀ ਡਾਰਿਓ। ਜਿਸ ਵੇਲੇ ਡੋਗਰ ਨੇ ਵੇਖਿਆ ਕਿ ਦੋਵੇਂ ਜਾਣੇ ਸੁੱਤੇ ਪਏ ਨੇ ਤਾਂ ਉਹਨੇ ਆਪਣੀ ਕਿਰਪਾਨ ਕੱਢੀ ਤੇ ਉਸ ਬਾਗੀ ਨੂੰ ਚਰਵਾਹੇ ਨੂੰ ਮਾਰ ਸੁੱਟਿਆ। ਦੋਹਰਾ ਕਾਟ ਮੂੰਡ ਤਾਂ ਕੋ ਤੁਰਤ ਤਹੀ ਬੈਠ ਛਪ ਜਾਏ। ਡੋਗਰ ਉਸ ਆਪਣੇ ਨੌਕਰ ਦਾ ਆਪਣੇ ਬਾਗੀ ਦਾ ਚਰਵਾਹਿਆ ਸਿਰ ਵੱਢ ਕੇ ਛੁਪ ਕੇ ਹੁਣ ਬੈਠ ਗਿਆ ਸੀ। ਤਨਕ ਤਾਤ ਲੋਹੂ ਲੱਗੇ, ਬਾਲ ਜਗੀ ਅਕੁਲ ਆਏ। ਪਰ ਇਸ ਵੇਲੇ ਗਰਮ ਲਹੂ ਉਹਦੀ ਇਸਤਰੀ ਦੇ ਨਾਲ ਛੂਹਿਆ ਤਾਂ ਬੜੀ ਵਿਆਕੁਲ ਹੋ ਕੇ ਡਰ ਕੇ ਉੱਠ ਬੈਠੀ। ਜਾਓ ਪਈ ਮੂੰਡ ਬਿਨਾ ਨਜਮੀਤ ਨਿਹਾਰਿਓ, ਅਧਿਕ ਕੋਪ ਚਿਤ ਭੀਤਰ ਧਾਰਿਓ। ਜਿਸ ਵੇਲੇ ਇਸਤਰੀ ਨੇ ਆਪਣੇ ਬਿਨਾਂ ਸਿਰ ਤੋਂ ਆਪਣੇ ਕੋਲ ਪਏ ਹੋਏ ਮਿੱਤਰ ਨੂੰ ਵੇਖਿਆ ਤਾਂ ਆਪਣੇ ਮਨ ਵਿੱਚ ਬੜੀ ਗੁੱਸੇ ਵਿੱਚ ਆਈ। ਦਸੋਂ ਦਿਸਣ ਕਾਢੇ ਅਸਤ ਹਵੈ, ਹਾਥ ਪਰੈ ਤੇ ਮਹਾਰ ਗਿਰਾਵੈ। ਉਸਨੇ ਕਿਰਪਾਨ ਫੜ ਕੇ ਆਪਣੇ ਹੱਥ ਵਿੱਚ ਕਿਰਪਾਨ ਫੜ ਕੇ ਦਸਾਂ ਪਾਸਿਆਂ ਵੱਲ ਹੀ ਦੌੜੀ ਹੈ ਕਿ ਜੇਕਰ ਕੋਈ ਨਜ਼ਰੀ ਆ ਜਾਵੇ ਤਾਂ ਮੈਂ ਹੁਣੇ ਉਹਦਾ ਗਾਟਾ ਲਾ ਦਿਆਂਗੀ, ਟੋਟੇ ਟੋਟੇ ਕਰ ਦੇਵਾਂਗੀ। ਕਿਤਨਾ ਉਸਨੂੰ ਗੁੱਸਾ ਆਪਣੇ ਮਿੱਤਰ ਦੇ ਮਰ ਜਾਣ ਤੇ ਹੋਇਆ। ਡੋਗਰ ਛੱਪਿਓ ਹੱਥ ਨਹਿ ਆਇਓ, ਟੂੰਡ ਰਹੀ ਤ੍ਰਿਆ ਨਾ ਦਰਜਾਇਓ। ਡੋਗਰ ਆ ਕੇ ਛੁਪਿਆ ਹੋਇਆ ਸੀ, ਉਹਦੇ ਹੱਥ ਤੇ ਹੱਥ 'ਚ ਨਹੀਂ ਆਇਆ। ਉਸਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਕਿਸਨੇ ਇਸਨੂੰ ਮਾਰਿਆ ਹੈ, ਪਰ ਫਿਰ ਵੀ ਉਹ ਇਸਤਰੀ ਨੂੰ ਦਿਖਿਆ ਨਹੀਂ। ਵੈਸੇ ਹੀ ਪੈਰ ਨਦੀ ਕਹਿ ਆਈ, ਤਹਾਂ ਮਿੱਤਰ ਕਹਿ ਦਿਆ ਬਹਾਈ। ਫਿਰ ਆਖਿਰ ਇਸਤਰੀ ਨੇ ਕੀ ਕੀਤਾ ਕਿ ਉਸ ਆਪਣੇ ਮਿੱਤਰ ਨੂੰ ਨਦੀ ਦੇ ਤੇਜ਼ ਵਹਾਅ ਦੇ ਵਿੱਚ ਹੀ ਉਹਦੇ ਸਰੀਰ ਨੂੰ ਉਹਦੇ ਸਿਰ ਨੂੰ ਵਹਾ ਦਿੱਤਾ ਤੇ ਆਪ ਨਦੀ ਨੂੰ ਪਾਰ ਕਰਕੇ ਵਾਪਸ ਘਰ ਦੇ ਵਿੱਚ ਆ ਗਈ। ਪਹਿਰ ਤਾਮ ਸਰ ਤਾ ਕਹਿ ਆਈ, ਪਾਊਡਰ ਹੀ ਜਨ ਸਾਂ ਬਚਵਾਈ। ਤੇ ਘਰ ਵਾਪਸ ਆ ਕੇ ਇਉਂ ਸੌਂ ਗਈ, ਇਉਂ ਮੰਜੇ ਉੱਪਰ ਲੇਟ ਗਈ ਜਿਵੇਂ ਉਸਨੂੰ ਕੋਈ ਸੱਪ ਸੁੰਘ ਗਿਆ ਹੋਵੇ। ਤਾਂ ਉਦਾਸੀ ਹੋ ਕੇ ਉਦਾਸੀ ਦੇ ਵਿੱਚ ਘਰ ਦੇ ਵਿੱਚ ਆ ਕੇ ਸੌਂ ਗਈ ਹੈ। ਪਾਛੇ ਤਰ ਡੋਗਰ ਹੂੰ ਆਇਓ, ਮੂਰਖ ਨਾਰ ਪਿਹ ਦੇ ਨਹਿ ਪਾਇਓ। ਉਹ ਤਾਂ ਪਿੱਛੋਂ ਹੀ ਉਹਦਾ ਘਰ ਵਾਲਾ ਡੋਗਰ ਵੀ ਆ ਗਿਆ, ਪਰ ਉਸ ਮੂਰਖ ਇਸਤਰੀ ਨੂੰ ਕੁਛ ਵੀ ਪਤਾ ਨਾ ਚੱਲਿਆ ਕਿ ਮੇਰੇ ਦੋਸਤ ਨੂੰ ਮਾਰਨ ਵਾਲਾ ਕੌਣ ਸੀ, ਕਿ ਉਹ ਮੇਰਾ ਪਤੀ ਹੀ ਹੈ ਜਿਸਨੇ ਮੇਰੇ ਦੋਸਤ ਨੂੰ ਮਾਰਿਆ ਹੈ, ਤੇ ਮੇਰੇ ਪਤੀ ਨੂੰ ਮੇਰਾ ਭੇਦ ਸਾਰਾ ਪਤਾ ਲੱਗ ਚੁੱਕਾ ਹੈ। ਇਸ ਗੱਲ ਦਾ ਭੇਦ ਹੁਣ ਬਿਲਕੁਲ ਵੀ ਸਮਝ ਨਾ ਆਇਆ। ਐ ਜ਼ਬਾਂ ਜੋ ਕਾਲ ਬਿਹਾਨੇ ਹੋ, ਬੀਤਾ ਬਰਖ ਏਕ ਦਿਨ ਜਾਣੇ ਹੋ। ਫਿਰ ਇਸੇ ਪ੍ਰਕਾਰ ਦੇ ਨਾਲ ਸਮਾਂ ਬਤੀਤ ਹੁੰਦਾ ਗਿਆ, ਪੂਰਾ 1 ਸਾਲ ਬਤੀਤ ਹੋ ਗਿਆ।
तब डोगर एह पहत उचारो, करो नार एक कहा जह मारो। फिर एक दिन डोगर ने अपनी स्त्री नूं आख्या, आखन लगा कि हे सुहाणी अज मेरा एक काम कर। एक त्रिया कार जमुर की जो, मखनी काड तहम ते दीजो। आखन लगा हे स्त्री मेरा एक काम कर कि मैनू घरों मखनी लिया दे। जात कहे ओ तह त्र मैं नाही, हेर अंधेर डरो मन माही। वो स्त्री आखन लगी कि मैं घर नहीं जावांगी क्योंकि हनेरा बहुत हो चुका है ते घर दूर है। इस करके जे मैं घर जानी हाँ तो मैनू हनेरे तो बहुत डर लगता है। डोगर कहा लग तुख मोको, भूल गयो वह दिन त्रे तो को। उस वेले डोगर आखन लगा कि मैनू बड़ा ही दुख होया है कि वह दिन तेनों भुल गया है। नदी पैर कर पार पर आई, जार बहाए बहर कर आई। जिस दिन तू अपने दोस्त नूं पानी दे विच बहा के आ गई सी, आप नदी नूं पार करके घर पहुंची सी। चमक उठी जब बचन उचारे, मोर भेद इन सकल निहारे। जिस वेले ये गल अपने पति दे कोलों सुनी कि इसनूं मेरा सारा भेद पता है, वह आखन लगा कि तेनूं हनेरे कोलों डर आउंदा है बड़ी हैरानी की गल है, पर उस वेले तेनूं डर ना आया जिस वेले तू अपने मरे हुए दोस्त नूं उहदी लाश नूं पानी विच बहाया ते आप नदी पार करके तू घर दे विच आ गई। उस वेले तेनूं डर ना आया ते हुण तेनूं हनेरे कोलों डर आउंदा है बड़ी हैरानी की गल है। जिस तरह जिस वेले इदां करके पति ने गल आखी, उहनूं बिल्कुल समझ विच आ गया कि सारा भेद नूं पता है ते मेरे दोस्त नूं मारन वाला भी यही है। उस वेले गुस्से दे विच आ गई कि इहनूं तां सारा भेद मेरा पता लग चुका है। तां ते अब ही जाहे संगारो, मार चोर इह गए उचारो। उहने सोचिया कि मैं हुण इसनूं इत्थे खत्म कर देवांगी ते लोकां विच रौला पा देवांगी कि मेरे घर वाले नूं चोर आ के मार गए ने। दोहरा पैठ अंधेरे धाम महे, ਕਢ ਲਈ ਕਰਵਾਰ। ਨਿਜ ਪਤ ਪੈ ਹੱਥ ਕੇ ਨਿਮਿਤ, ਕਰੇ ਪਛਾ ਸਿੱਕ ਵਾਰ। ਅਤੇ ਉਹ ਇਸਤਰੀ ਹਨੇਰੇ ਦੇ ਵਿੱਚ ਆਪਣੇ ਘਰ ਗਈ ਅਤੇ ਘਰੋਂ ਆਪਣੇ ਤਲਵਾਰ ਕੱਢ ਲਿਆਈ ਅਤੇ ਆਪਣੇ ਪਤੀ ਨੂੰ ਮਾਰਨ ਵਾਸਤੇ ਉਸਨੇ ਕੋਈ 50 ਵਾਰ ਕੀਤੇ ਹਨ। ਨਿਰਖ ਚਮਕ ਤਰਵਾਰ ਕੀ, ਦੁਰਿਆ ਮਹਿਕ ਤਰ ਜਾਏ। ਤਲਵਾਰ ਦੀ ਚਮਕ ਨੂੰ ਵੇਖ ਕੇ ਜਿਸ ਵੇਲੇ ਪਤੀ ਨੇ ਵੇਖਿਆ ਕਿ ਇਹ ਤਲਵਾਰ ਕੱਢ ਲਿਆਈ ਹੈ ਘਰੋਂ ਜਾ ਕੇ, ਤਾਂ ਉਸੇ ਵੇਲੇ ਹੀ ਉਹ ਇੱਕ ਮਾਈ ਦੇ ਹੇਠਾਂ ਛੁੱਪ ਗਿਆ ਆਪਣੇ ਆਪ ਦਾ ਬਚਾਅ ਕਰਨ ਵਾਸਤੇ। ਇਸ ਪ੍ਰਕਾਰ ਦੇ ਨਾਲ ਛਲ ਕਰਕੇ ਉਹਦੇ ਪਤੀ ਨੇ ਬਿਨਾਂ ਕਿਸੇ ਆਪਣੇ ਸਰੀਰ ਉੱਪਰ ਜ਼ਖਮ ਲੱਗਿਆਂ ਆਪਣੇ ਆਪ ਦਾ ਬਚਾਅ ਕਰ ਲਿਆ। ਪੈਰ ਨਦੀ ਗਈ ਮਿੱਤਰ ਕੋ, ਆਈ ਤਹੀ ਬਹਾਏ। ਨਿਜ ਪਤ ਕੋ ਘਾਇਲ ਗਿਆ, ਨੈਕ ਨਾ ਰਹੀ ਲਜਾਏ। ਅਤੇ ਅਖੀਰ ਚਰਿੱਤਰ ਦੇ ਅਖੀਰ ਵਿੱਚ ਸਾਹਿਬ ਜੀ ਬਚਨ ਕਰਦੇ ਨੇ ਕਿ ਐਸੀ ਵੱਧ ਚਰਨ ਔਰਤ ਫਤਿਹਮਤੀ ਜਿਸਨੇ ਆਪਣੇ ਦੋਸਤ ਨੂੰ ਮਰੇ ਹੋਏ ਦੋਸਤ ਦੀ ਲਾਸ਼ ਨੂੰ ਪਾਣੀ ਵਿੱਚ ਵਹਾਇਆ ਅਤੇ ਆਪ ਨਦੀ ਨੂੰ ਪਾਰ ਕਰਕੇ ਘਰ ਦੇ ਵਿੱਚ ਆ ਗਈ ਅਤੇ ਸਮਾਂ ਪਾਉਣ ਦੇ ਆਪਣੇ ਪਤੀ ਨੂੰ ਵੀ ਘਾਇਲ ਕਰਨ ਦੀ ਕੋਸ਼ਿਸ਼ ਕੀਤੀ, ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਿਲਕੁਲ ਵੀ ਇਸਨੂੰ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੋਈ, ਐਸੀ ਵੱਧ ਚਰਨ ਔਰਤ। ਸੋ ਅਖੀਰ ਦੇ ਵਿੱਚ ਚਰਿੱਤਰ ਦੀ ਸਮਾਪਤੀ ਕਰਦੇ ਹੋਏ ਸਾਹਿਬ ਜੀ ਫਰਮਾਉਂਦੇ ਹਨ, ਇਤ ਸ਼੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 3600 ਚਰਿੱਤਰ ਸਮਾਪਤਮ ਸਤ ਸੁਭਮ ਸਤ ਅਫਜੂ। ਸਾਹਿਬ ਜੀ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਦੇ ਨਾਲ ਸ਼੍ਰੀ ਚਰਿੱਤਰੋਪਾਖਿਆਨ ਦਾ ਤ੍ਰਿਆ ਚਰਿੱਤਰ ਦਾ ਵਜ਼ੀਰ ਅਤੇ ਰਾਜੇ ਦੀ ਆਪਸੀ ਵਾਰਤਾਲਾਪ ਦਾ 36ਵਾਂ ਚਰਿੱਤਰ ਜਿਹੜਾ ਹੈ ਉਹ ਸ਼ਬ ਸੰਪੂਰਨ ਹੁੰਦਾ ਹੈ। ਸੋ ਗੁਰੂ ਪਿਆਰੀ ਸਾਹ ਸੰਗਤ ਜੀਓ, ਇਹ ਸੀ ਸ਼੍ਰੀ ਚਰਿੱਤਰੋਪਾਖਿਆਨ ਦੀ ਪਾਵਨ ਗੁਰਬਾਣੀ ਦਾ 36ਵਾਂ ਚਰਿੱਤਰ ਜਿਸ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅਤੇ ਸਤਿਗੁਰੂ ਮਹਾਰਾਜ ਨੇ ਆਪ ਰਹਿਮਤ ਕਰਕੇ ਕਰਵਾਈ ਹੈ। ਸੋ ਜਿਸ ਵਿੱਚ ਇੱਕ ਐਸੀ ਫਤਿਹਮਤੀ ਨਾਂ ਦੀ ਵੱਧ ਚੱਲਣ ਔਰਤ ਜੋ ਆਪਣੇ ਪਤੀ ਦਾ ਘਰ ਛੱਡ ਕਰਕੇ ਜੋ ਕਿ ਸਤਿਗੁਰਾਂ ਦੇ ਪਾਵਨ ਬਚਨਾਂ ਦੇ ਅਨੁਸਾਰ ਕਿ ਮਨ ਮਖਮੈਲੀ ਕਾਮਣੀ ਕੋ ਲੱਖਣੀ ਕੁਨਾਰ, ਫਿਰ ਘਰ ਛੋੜਿਆ ਆਪਣਾ ਪਰ ਪੁਰਖਿਆਂ ਨਾਲ ਪਿਆਰ, ਜਿਸਨੇ ਪਰਾਏ ਪੁਰਖ ਨਾਲ ਪਿਆਰ ਪਾਇਆ ਹੋਇਆ ਸੀ
ਉਹਨੂੰ ਆਪਣੇ ਕੀਤੇ ਦਾ ਫਲ ਅਸਲ ਦੇ ਭੋਗਣਾ ਪਿਆ। ਤੇ ਜਿਹੜਾ ਆਪਣਾ ਘਰ ਛੱਡ ਕੇ ਕਿਸੇ ਪਰਾਈ ਇਸਤਰੀ ਨਾਲ ਮੋਹ ਪਾ ਕੇ ਬੈਠਾ ਹੋਇਆ ਸੀ, ਉਹਨੂੰ ਉਹਦੇ ਕੀਤੇ ਦਾ ਫਲ ਜਿਹੜਾ ਸੀ ਉਹ ਆਖਰ ਭੋਗਣਾ ਹੀ ਪਿਆ। ਤੇ ਜਿਹੜੀ ਉਹ ਐਸੀ ਇਸਤਰੀ ਜਿਸਨੇ ਆਪਣਾ ਭੇਦ ਖੁੱਲ੍ਹਣ 'ਤੇ ਕਿ ਮੇਰੇ ਘਰ ਵਾਲੇ ਨੂੰ ਮੇਰਾ ਭੇਦ ਪਤਾ ਲੱਗ ਚੁੱਕਾ ਹੈ, ਆਪਣੇ ਪਤੀ ਨੂੰ ਵੀ ਆਖਰ 'ਤੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹਦਾ ਵਾਲ ਵਿੰਗਾ ਨਾ ਕਰ ਸਕੀ, ਉਸਨੇ ਆਪਣੇ ਆਪ ਨੂੰ ਬਚਾ ਲਿਆ। ਸੋ ਐਸੀਆਂ ਇਸਤਰੀਆਂ ਕਿ ਜੋ ਆਪਣੇ ਧਰਮ ਤੋਂ ਉਲਟ ਹੋ ਕੇ ਚੱਲਦੀਆਂ ਹਨ, ਜਾਂ ਐਸੇ ਮਰਦ ਜੋ ਆਪਣੇ ਧਰਮ ਤੋਂ ਉਲਟ ਹੋ ਕੇ ਚੱਲਦੇ ਹਨ, ਧਰਮ ਦੀ ਮਰਿਆਦਾ ਨੂੰ ਮੁੱਖ ਨਹੀਂ ਰੱਖਦੇ ਅਤੇ ਆਪਣੀ ਮਨ ਮਤ ਨੂੰ ਅੱਗੇ ਲਾ ਲੈਂਦੇ ਹਨ, ਆਪਣਾ ਮਨ ਉੱਚਾ ਅਤੇ ਮਤ ਨੀਵੀਂ ਕਰ ਲੈਂਦੇ ਹਨ, ਉਹਨਾਂ ਦਾ ਆਖਰ ਹਸ਼ਰ ਫਿਰ ਇਹੋ ਜਿਹਾ ਹੀ ਹੁੰਦਾ ਹੈ। ਸਮਾਜ ਦੇ ਵਿੱਚ ਵੀ ਮਾਣ ਸਤਿਕਾਰ ਨਹੀਂ ਪ੍ਰਾਪਤ ਹੁੰਦਾ ਅਤੇ ਪਰਲੋਕ ਦੇ ਵਿੱਚ ਵੀ ਜੀਵ ਆਤਮਾ ਧੱਕੇ ਹੀ ਖਾਂਦੀ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਖਾਸ ਕਰਕੇ ਇਸ ਕਾਮ ਤੋਂ ਇਸ ਪ੍ਰਕਾਰ ਦੇ ਨਾਲ ਚਰਿੱਤਰ ਵਖਿਆਨ ਕਰ ਕਰਕੇ ਗੁਰੂ ਸਾਹਿਬ ਵੱਖੋ ਵੱਖ ਪ੍ਰਸੰਗ ਖੋਲ੍ਹ ਕਰਕੇ ਦਰਸਾਏ ਹਨ ਕਿ ਮਨੁੱਖ ਕਾਮ ਦੇ ਵੱਸ ਵਿੱਚ ਹੋ ਕਰਕੇ ਕਿੱਥੋਂ ਤੱਕ ਗਿਰ ਜਾਂਦਾ ਹੈ, ਉਸਨੂੰ ਆਪਣੇ ਆਪ ਦੀ ਸੁੱਧ ਬੁੱਧ ਨਹੀਂ ਰਹਿੰਦੀ ਕੀ ਸਹੀ ਹੈ ਕੀ ਗਲਤ ਹੈ, ਉਸਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਚੱਲਦਾ, ਸਿਰਫ ਉਹਦੀ ਹਵਸ਼ ਹੀ ਉਹਦਾ ਸਭ ਕੁਛ ਬਣ ਜਾਂਦੀ ਹੈ, ਪਰ ਉਸਨੂੰ ਕੁਝ ਵੀ ਪਤਾ ਨਹੀਂ ਚੱਲਦਾ ਕਿ ਇਸ ਕਾਮ ਕਰਕੇ ਜੇਕਰ ਮੈਂ ਆਪਣੀ ਮਰਿਆਦਾ ਨੂੰ ਟੱਪਾਂਗਾ ਤਾਂ ਮੇਰਾ ਸਭ ਕੁਛ ਹੀ ਬਰਬਾਦ ਹੋ ਜਾਵੇਗਾ, ਉਸਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਚੱਲਦਾ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸ਼੍ਰੀ ਚਰਿਤਰੋ ਪਾਖਿਆਂ ਦੇ ਪਾਵਨ ਗੁਰਬਾਣੀ ਉਚਾਰਨ ਕਰਕੇ ਆਪਣੇ ਖਾਲਸੇ ਨੂੰ ਆਪਣੇ ਪੁੱਤਰ ਧੀਆਂ ਨੂੰ ਇਸ ਕਾਮ ਤੋਂ ਸੁਚੇਤ ਕੀਤਾ ਹੈ ਅਤੇ ਉੱਚੇ ਸੁੱਚੇ ਜੀਵਨ ਵਾਲੇ ਬਣਾਇਆ ਹੈ। ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਗੁਰਬਾਣੀ ਦੀ ਪਾਵਨ ਸਿੱਖਿਆ ਹੈ ਉਸਨੂੰ ਆਪਣੇ ਜੀਵਨ ਅੰਦਰ ਧਾਰਨ ਕਰੀਏ ਅਤੇ ਆਪਣਾ ਜੀਵਨ ਉੱਚਾ ਸੁੱਚਾ ਬਣਾ ਕਰਕੇ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਬਣੀਏ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ, ਗੁਰਮਤਿ ਵਿਚਾਰ ਕਰਦਿਆਂ ਹੋਇਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਸਤਿਗੁਰੂ ਮਹਾਰਾਜ ਬਖਸ਼ਣ ਯੋਗ ਹਨ ਬਖਸ਼ ਲੈਣਾ, ਗੁਰੂ ਸਾਹਿਬ ਜੀ ਅੱਗੇ ਤੋਂ ਸਤਿਗੁਰੂ ਮਹਾਰਾਜ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਸੋ ਬਖਸ਼ ਲੈਣਾ, ਗੁਰੂ ਸਾਹਿਬ ਜੀ ਅੱਗੇ ਤੋਂ ਸਮਾਧ ਬਖਸ਼ਣ ਤਾਂ ਇੱਕ ਸੁਚੱਜੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰ ਸਕੀਏ। ਸਵੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।